ਕੀ ਨਾਮ ਹੈ ਤੁਹਾਡਾ ਜੀ ਮਿਰਜ਼ਾ ਰਹਿਮਾਨ ਕੜੀਆਂ ਵਾਲੇ ਤੋਂ ਨਹੀਂ ਕੁਆਫ ਪਿੰਡ ਕੁਆਫ ਪਿੰਡ ਤੋਂ ਇੱਥੇ ਕੜੀਆਂ ਵਾਲੇ ਕਿੱਧਰ ਆਏ ਹੋ ਰਕਸ਼ਾ ਲੈ ਕੇ ਆਏ ਹੋ ਅੱਛਾ ਰਕਸ਼ਾ ਚਲਾਉਂਦੇ ਹੋ ਕਿਹਦੇ ਮਾਮਲੇ ਗੁਜ਼ਰ ਰਹੇ ਨੇ ਅੱਜ ਕੱਲ ਬਹੁਤੇ ਔਖੇ ਨੇ ਬੜੇ ਔਖੇ ਨੇ ਸਰ ਬੜੇ ਔਖੇ ਨੇ ਬਹੁਤ ਮਹਿੰਗਾਈ ਹੈ ਸਰ ਕੜੀਆਂ ਵਾਲੇ ਦੇ ਵਿੱਚ ਕੜੀਆਂ ਦੇ ਵਿੱਚ ਬਹੁਤ ਮਹਿੰਗਾਈ ਹੈ ਉਹ ਆਹ ਪੱਲੇ ਮਹਿੰਗਾਈ ਹੈ ਅੱਛਾ ਰੁਪਏ ਸਰ ਹਾਂ ਛੜੀ ਕੜੀਆਂ ਨਹੀਂ ਆਹ ਪੱਲੇ ਮਹਿੰਗਾਈ ਹੈ ਸਰ ਹਾਂ ਤੇ ਕੀ ਫਿਰ ਤੁਸੀਂ ਪੈਗਾਮ ਦਿੰਦੇ ਹੋ ਕੀ ਕੀ ਤੁਹਾਡੇ ਵਾਸਤੇ ਸਸਤਾ ਕੀਤਾ ਜਾਏ ਸਰ ਆਸ਼ਿਆ ਸਸਤੀ ਹੋਣੀ ਚਾਹੀਦੀ ਗਰੀਬ ਬੰਦੇ ਦੀ ਜੈਸੇ ਕਿ ਆਟਾ ਵੀ ਮਹਿੰਗਾ ਹਾਂ ਤੇਲ ਵੀ ਮਹਿੰਗਾ ਆਟਾ ਵੀ ਮਹਿੰਗਾ ਤੂੰ ਤਾਂ ਹੁਕਮ ਦੇ ਥੋੜੀ ਹੈ ਛੇ ਛੇ ਸੱਤ ਸੱਤ ਬੱਚੇ ਨੇ ਤੇ ਕਿੰਨਾ ਗੁਜ਼ਾਰਾ ਹੁੰਦਾ ਪਿਆ ਹਾਂ ਜਿਨ੍ਹਾਂ ਦੇ ਬਾਹਰ ਹੈ ਨੇ ਅੱਲਾ ਦੀ ਰਹਿਮਤ ਹੈ ਤੇ ਜਿਨ੍ਹਾਂ ਦੇ ਨਹੀਂ ਉਹ ਗਰੀਬ ਹੈ ਤੇ ਕੀ ਕਰਨ ਕਿਥੋਂ ਖਾਣ ਤੇ ਕਿਥੋਂ ਲਾਣ 8-900 ਰੁਪਏ ਮਜ਼ਦੂਰ ਦੀ ਦਿਹਾੜੀ ਹੈ ਜੇ ਸ਼ਾਮੀ ਘਿਓ ਲੈਣਾ ਪੈ ਜੇ 5-600 ਦਾ ਘਿਓ ਦਾ ਪੈਕਟ ਆਉਂਦਾ ਸਬਜ਼ੀ ਇੰਨੀ ਕੁ ਮਹਿੰਗੀ ਹੈ ਕਿ ਬੰਦਾ ਕੀ ਕਰੇ ਗਰੀਬ ਆਦਮੀ ਮੀਂਹ ਦੇ ਕਿ ਤੁਹਾਡੀ ਗੱਲ ਇਨਸ਼ਾਅੱਲਾ ਘੁੰਮ ਤੱਕ ਪਹੁੰਚੇਗੀ ਜ਼ਰੂਰ ਪਹੁੰਚੇਗੀ ਔਰ ਮੀਂਹ ਨੂੰ ਆਵੇ ਕੋ ਘੁੰਮਣ ਗਰੀਬਾਂ ਦੇ ਸਾਥ ਕਰੇ ਤੇ ਕੋਈ ਅੱਲਾ ਉਹਨਾਂ ਨੂੰ ਰਹਿਮ ਦੇ ਤੇ ਮਾੜੇ ਬੰਦੇ ਆ ਕੋ ਮਾੜੇ ਬੰਦੇ ਦੇ ਵੀ ਜਿਹੜੇ ਹਾਲਾਤ ਚੰਗੇ ਹੋਣ ਠੀਕ ਹੈ ਤੁਸੀਂ ਕੀ ਕਰਦੇ ਹੋ ਤੁਹਾਡਾ ਕੀ ਕੰਮ ਹੈ ਸਰ ਮੈਂ ਬੈਲਜੀਅਮ ਰਹਿ ਕੇ ਆਏ ਹਾਂ ਨਾਮੁੱਲਾ ਪੱਟੀ ਮੇਰਾ ਨਾਂ ਹੈ ਕੜੀਆਲ ਦਾ ਰਿਆਸੀ ਹਾਂ ਮੈਂ ਠੀਕ ਹੈ ਸਰ ਤੇ ਚਲੋ ਸਾਡੇ ਤੇ ਅੱਲਾ ਦੀ ਰਹਿਮਤ ਹੈ ਤੇ ਜਿਹੜੇ ਮਾੜੇ ਗਰੀਬ ਐ ਤੇ ਦਿਹਾੜੀ ਲਾਣੇ ਵਾਲੇ ਨੇ ਉਹਨਾਂ ਦੇ ਬੜੇ ਲਾਸਤ ਨੇ ਦਿਹਾੜੀ ਲਾਣ ਵਾਲੇ ਤੋਂ ਲੋਕ ਵਾਕੀ ਬਹੁਤ ਤੰਗ ਨੇ ਹਾਂ ਬਹੁਤ ਤੰਗ ਨੇ ਸਰ ਤੇ ਮਿਹਰਬਾਨੀ ਘੁੰਮਾ ਦਾ ਕੇ ਵਾਸ਼ੇ ਕਿ ਕੋਈ ਮਾੜੇ ਬੰਦੇ ਦਾ ਕੁਝ ਸੋਚਣ ਸਲਾਮ ਅਲੈਕ ਤੁਹਾਡਾ ਕੀ ਨਾਮ ਸ਼ਬੀਰ ਅਹਿਮਦ ਕੜੀਆਂ ਵਾਲ ਤੋਂ ਜੀ ਕਸਾਈ ਅੱਛਾ ਅੱਛਾ ਤੁਸੀਂ ਇਸ ਬਾਰੇ ਕੀ ਦੱਸਦੇ ਹੋ ਕਿ ਕੜੀਆਂ ਵਾਲ ਦੇ ਹਾਲਾਤ ਕਿਵੇਂ ਜਾ ਰਹੇ ਨੇ ਮਾਮਲਾ ਬਹੁਤ ਜਨਾਬ ਗਰੀਬ ਪੀਸ ਰਿਹਾ ਗਰੀਬ ਦਾ ਕੋਈ ਹਾਲ ਨਹੀਂ ਗਰੀਬ ਜਿਹੜਾ ਨਾ ਸਮਝੋ ਐਸੇ ਲੈਣਾ ਪਤਾ ਨਹੀਂ ਕੀ ਕਰ ਰਿਹਾ ਤੇ ਰੋਟੀ ਫਿਰ ਨਹੀਂ ਪੂਰੀ ਹੋ ਮੇਰੀ ਗੋਸ਼ਤ ਦੀ ਦੁਕਾਨ ਜੇ ਮੈਂ ਰੋਜ਼ ਦੀ 2-3 ਹਜ਼ਾਰ ਦੀ ਦਿਹਾੜ ਲਾਉਂਦਾ ਜੇ ਲੇਕਿਨ ਉਹਦੇ ਨਾਲ ਕੱਖ ਕੰਡਾ ਨਹੀਂ ਬਣ ਪਤਾ ਹੀ ਨਹੀਂ ਲੱਗਦਾ ਕਿਹੜੇ ਪਾਸੇ ਜਾਂਦੇ ਨੇ ਤੇਲ ਲੈਣ ਜਾਈਏ ਤੇ ਉਹ ਪੱਤੀ ਲੈਣ ਜਾਈਏ ਤੇ ਉਹ ਮੁੱਕੀ ਹੁੰਦੀ ਹੈ ਘਿਓ ਲੈਣ ਜਾਈਏ ਘਰ ਪੁੱਛੀਏ ਤੇ ਉਹ ਆਉਂਦੇ ਨੇ ਘਿਓ ਵੀ ਕੋਈ ਨਹੀਂ ਤੇ ਜੇ ਲੈਣ ਆਵੀਏ ਜਨਾਬ ਤੇ 1000 ਦਾ ਨੋਟ ਲਿਆ ਵੀ ਹੈ ਨਾ ਅੱਛਾ ਤੁਸੀਂ 2-3 ਹਜ਼ਾਰ ਲਾ ਕਮਾ ਕੇ ਵੀ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਤੇ ਜਿਹੜਾ ਇੱਕ ਮਜ਼ਦੂਰ 8-900 ਲੈ ਰਿਹਾ ਉਹਦਾ ਕਿੰਨੀ ਗੁਜ਼ਾਰਾ ਹੋ ਰਿਹਾ ਉਹਦਾ ਕੱਖ ਕੰਡਾ ਨਹੀਂ ਰਹਿ ਰਿਹਾ ਉਹ ਸਮਝੋ ਉਹ ਤਾਂ ਰੋਂਦਾ ਵੇ ਇਸ ਘੁੰਮਦ ਨੂੰ ਤੇ ਪਹਿਲੀ ਘੁੰਮਦ ਨੂੰ ਹੀ ਆਹ ਉਹ ਰੋਂਦਾ ਕਿ ਕੀ ਕਰੀਏ ਕਿੱਥੇ ਜਾਈਏ ਬਾਕੀ ਕੋਈ ਬਿਹਤਰੀ ਹੋਣੀ ਚਾਹੀਦੀ ਏ ਅੱਲਾ ਪਾਕ ਹੀ ਹੈ ਕੋਈ ਬਿਹਤਰੀ ਕਰੇ ਤੇ ਜਿਹਨਾਂ ਕੋਲ ਕੋਈ ਹਾਂ ਕੋਈ ਗੱਲ ਕੋਈ ਨਹੀਂ ਹੈ ਜੀ ਨਾਜ਼ਰੀਨ ਜਿਸਾਂ ਤੁਸੀਂ ਸੁਣ ਰਹੇ ਹੋ ਕਾਫੀ ਪਰੇਸ਼ਾਨ ਨੇ ਲੋਕ ਜਿਸ ਤਰਫ ਹੀ ਜਾਂਦੇ ਆਪਣਾ ਟਾਪਿਕ ਲੈ ਕੇ ਜਾਂਦੇ ਲੋਕ ਲੇਕਿਨ ਮਹਿੰਗਾਈ ਲੈ ਕੇ ਲੋਕ ਆ ਜਾਂਦੇ ਨੇ ਕਿ ਮਹਿੰਗਾਈ ਮਹਿੰਗਾਈ ਤੇ ਤੁਸੀਂ ਸੁਣਿਆ ਕੜੀਆਂ ਦੇ ਬੰਦੇ ਖੁਸ਼ ਕਦੀਆਂ ਕਰਨੇ ਨੂੰ ਆਏ ਨੇ ਆਪਣੇ ਬੱਚੇ ਭੁੱਖੇ ਮਰਦੇ ਨੇ ਪਏ ਉਹਨਾਂ ਦੇ ਬੱਚੇ ਬਿਮਾਰ ਨੇ ਤੇ ਕੀ ਕਰਨ ਗਰੀਬ ਕਿਥੋਂ ਦਵਾਈਆਂ ਲਿਆਵਣ ਦੀ ਰੋਟੀ ਏ 20 ਰੁਪਏ ਦੀ ਰੋਟੀ ਜਨਾਬ ਹੁਣ 10 ਰੋਟੀਆਂ ਲਈਏ ਇਹਨਾਂ ਤੇ ਜਨਾਬ 200 ਰੁਪਇਆ ਉਹ ਆਉਂਦੇ ਨੇ ਤੇ 200 ਰੁਪਇਆ ਕਿੱਥੋਂ ਲੱਭੇ ਹਾਂ ਨਹੀਂ ਨਹੀਂ ਬਿਲਕੁਲ ਸਹੀ ਤੇ 2 ਰੋਟੀਆਂ ਇੱਕ ਬੰਦਾ ਖਾਏ ਨਾ ਉਹ ਵੀ ਤਾਂ ਮਜਬੂਰ ਨੇ ਆਟਾ ਹੀ ਬੜਾ ਮਹਿੰਗਾ ਵੇ ਆਟਾ ਜਨਾਬ 150 ਤੋਂ ਕਿਲੋ ਜੀ ਹੋਟਲਾਂ ਵਾਲੇ ਵੀ ਤਾਂ ਮਜਬੂਰ ਨੇ ਰੋਟੀ ਖਾਈ ਜੀ ਹੋਟਲ ਦੇ 40-50 ਰੁਪਏ ਦੀ ਕੋਈ ਨਾ ਨਹੀਂ ਗਰੀਬਾਂ ਦਾ ਮਜਬੂਰ ਨੇ ਆਟਾ ਹੀ ਬੜਾ ਮਹਿੰਗਾ ਮਿਲ ਰਿਹਾ ਆਸ਼ਾ ਹੀ ਮਹਿੰਗੀ ਜੀ ਇਹਨੂੰ ਹੋਈ ਅੱਗੇ 50 ਰੁਪਏ ਦੀ ਰੋਟੀ ਖਾ ਕੇ ਦੀ ਸੀ ਹੁਣ 150 ਰੁਪਏ ਦੀ ਰੋਟੀ ਇੱਕ ਟਾਈਮ ਦੀ ਏ ਦੋ ਰੋਟੀਆਂ ਤੇ ਦਾਲ ਦਾਲ ਹੋਵੇ ਤੇ 2 ਰੋਟੀਆਂ ਤੇ ਦਾਲ ਤੇ 150 ਜੀ ਨਾਜ਼ਰੀਨ ਅੱਜ 3 ਫਰਵਰੀ 2023 ਮੈਂ ਤੇ ਅਸੀਂ ਆਏ ਸਾਂ ਮੇਰੀ ਟੀਮ ਛਾਲੇ ਸ਼ਰੀਫ ਅਸੀਂ ਸਲਾਮ ਕਰਨ ਵਾਸਤੇ ਔਰ ਆਪਣੇ ਟਾਪਿਕ ਵਾਸਤੇ ਲੇਕਿਨ ਲੋਕ ਹਰ ਜਿਸ ਤਰਫ ਵੀ ਜਾਂਦੇ ਆ ਮਹਿੰਗਾਈ ਲੈ ਕੇ ਕਿਉਂਕਿ ਲੋਕ ਬਹੁਤ ਤੰਗ ਨੇ ਹੁਣ ਜਾ ਕੇ ਡੇਰੇ ਲਾ ਲਏ ਨੇ ਸਣੇ ਬੱਚਿਆਂ ਦਰਬਾਰਾਂ ਤੇ ਜਾ ਕੇ ਡੇਰੇ ਲਾ ਲਏ ਨੇ ਕਿ ਰੋਟੀ ਲੱਭ ਦਰਬਾਰ ਦੇ ਤਾਂ ਰੋਟੀ ਤੇ ਲੱਭਦੀ ਹੈ ਨਾ ਖਾਣ ਨੂੰ ਹਾਂ ਹੋਰ ਕੀ ਕਰੇ ਬਾਰਾ ਦੇ ਡੇਰੇ ਮਿਹਰਬਾਨੀ ਹੈ ਕੋਈ ਮਹਿੰਗਾਈ ਦੇ ਕੋਈ ਸੋਚੋ ਅੱਲਾ ਦਾ ਵਾਸਤਾ ਜੇ ਇੰਨੀ ਕੁ ਮਹਿੰਗਾਈ ਕਰ ਰਹੀ ਕਿ ਮਾੜਾ ਬੰਦਾ ਆਪ ਖੁਦਕਸ਼ੀਆਂ ਕਰਨੇ ਤੇ ਆਏ ਨੇ ਯਾਨੀ ਕਿ ਕੜੀਆਂ ਦੀ ਜਿਹੜੇ ਗਰੀਬ ਆਮ ਨੇ ਬਹੁਤ ਤੰਗ ਨੇ ਬੜਾ ਸਾਰਾ ਤੰਗ ਨੇ ਬੜਾ ਸਾਰਾ ਤੰਗ ਨੇ ਜਿਹੜੇ ਜਨਾਬ ਉਹ ਗੱਲ ਹੀ ਨਹੀਂ ਸੁਣਦੇ ਇਹ ਮੁੰਡਾ ਰਕਸ਼ਾ ਚਲਾਉਂਦਾ ਗਰੀਬ ਇਹ ਕਸ਼ਮੀਰੀ ਹੈ ਠੀਕ ਹੈ 1500 ਦਿਹਾੜੀ ਲੈਂਦਾ ਫਿਰ ਵੀ ਸ਼ਾਮੀ ਜਿਹੜਾ ਹੈ ਨਾ ਇਸ ਬੱਚੇ ਘਰ ਖਰਚਾ ਨਹੀਂ ਪੂਰਾ ਹੁੰਦਾ ਪੈਟਰੋਲ ਮਹਿੰਗਾ ਹੈ ਸਲਾਮ ਅਲੈਕਮ ਜੀ ਵਾਹ ਤੁਹਾਡਾ ਕੀ ਨਾਮ ਮੇਰਾ ਨਾਮ ਹਾਜੀ ਅਬਦੁਲ ਰਹਿਮਾਨ ਕੜੀਆਂ ਵਾਲੇ ਤੋਂ ਤੁਸੀਂ ਕੜੀਆਂ ਅੱਛਾ ਇੱਥੇ ਕੀ ਮਾਮਲਾ ਆ ਤੇ ਦੂਸਰੇ ਲੋਕ ਤਾਂ ਬੜੇ ਪਰੇਸ਼ਾਨ ਨੇ ਕਹਿੰਦੇ ਨੇ ਮਹਿੰਗਾਈ ਤੰਗ ਕਰ ਰਿਹਾ ਤੁਸੀਂ ਕੀ ਦੱਸ ਰਹੇ ਹੋ ਇਸ ਬਾਰੇ ਅਸੀਂ ਉਹਨਾਂ ਤੋਂ ਪਹਿਲੇ ਤੰਗ ਆ ਹਾਲਾਤ ਹੀ ਇੰਜ ਦੇ ਨੇ ਇਸ ਪੂਰੇ ਮੁਲਕ ਦਾ ਹਾਲਾਤ ਇੰਜ ਵੇ ਕਿ ਕੋਈ ਬੰਦਾ ਨਹੀਂ ਮਜ਼ਦੂਰ ਤੇ ਰਾਜ਼ੀ ਕੋਈ ਨਹੀਂ ਨਾ ਤੇ ਜਿਹੜੇ ਤਾਜਰ ਨੇ ਉਹ ਤੇ ਫਿਰ ਤਾਜਰ ਹੀ ਨੇ ਯਾਨੀ ਕਿ ਤਾਜਰ ਵੀ ਹੋਰ ਪਰੇਸ਼ਾਨ ਹੋ ਗਏ ਨੇ ਉਹ ਵੀ ਤੰਗ ਨੇ ਆਖਿਰ ਵੇਖੋ ਜੀ ਉਹਨਾਂ ਦੇ ਵੀ ਤੇ ਇਸ ਤਰ੍ਹਾਂ ਦੇ ਹਾਲਾਤ ਹੋ ਜਾਂਦੇ ਨੇ ਤੇਲ ਵੀ ਮਹਿੰਗਾ ਹੋ ਗਿਆ ਹੈ
तेल भी महंगा होगा भी ताजर ही तो परेशान होगा ना, उन मजदूर ही नहीं रहनी परेशान। डालर सुनने उसने आखने जी बस जी हुण तो रेट बढ़ गया चीज़ों का, तो बाकी आवाम कितने जाए। दाबड़ा जरा चुक के शाम को चलो ना उत्थे तुहानू लाइन विखाइए, लोगों की बैठे ने सुबह नाल बच्चों छड़ के आके जिंदगी रखे पता नहीं किन्नी एक रखनी है, कख नहीं छड़िया मुल्ख दा। चलो मैं भी अपील करना घूमते गए, तुसी भी करो कि मेहरबानी करो थोड़ा जा कोई थोड़ा कट होवे ताकि गरीब दा गरीब वास्ते रहम खान मजदूरां ते रहम खान माड़े गरीब लोग भी हैं सारे। जी बिल्कुल, मैं भी अपील करना कि मेहरबानी करो थोड़ा कोशिश करो कि किस तरह थोड़ी महंगाई कटे ताकि गरीब दा थोड़ा जा अल्लाह नूं वेखण अल्लाह नूं उत्ते वेखण ना रब बैठा ही ते ओह बड़ा बेपरवाह है, कोई पता नहीं किहड़े वेले साह छिक लैणे सू ते रहणा इहनां दे हत्थे कख नहीं, खाली जाणे ने हत्थ हत्थ खाली जाने ने दोवां दे, ये गल याद रखन साडी। चलो मैं भी अपील करना, तुसी अपील करो, दुआ भी करने अल्लाह ताला पाकिस्तान वास्ते आसानियां पैदा करे। बहुत मेहरबानी जी।